ਤਾਂ ਮੈਨੂੰ ਕੋਈ ਗਰੰਟਾਂ ਤੋਂ ਲਾਲਚ ਨਹੀਂ, ਠੀਕ ਹੈ ਨਾ ਮੈਨੂੰ ਚੌਧਰ ਦੀ ਲੋੜ ਹੈ, ਸਾਰਾ ਕੁਛ ਇਸ ਤਰ੍ਹਾਂ ਇਹ ਸਾਰਾ ਆਪਦੇ ਪਿੰਡ ਵਾਸਤੇ ਕਰ ਰਿਹਾ, ਆਪਦੇ ਘਰਾਂ ਵਾਸਤੇ ਕਰ ਰਿਹਾ, ਬਸ ਉਹ ਅਸੀਂ ਕਰਾਂਗੇ ਕਰਾਂਗੇ। ਸਰਪੰਚੀ ਨੂੰ ਮਤਲਬ ਅਸੀਂ ਬਤੌਰ ਇੱਕ ਚੌਧਰੀ ਤਰ੍ਹਾਂ ਨਹੀਂ ਦੇ ਵੀ, ਚੱਲ ਜੇ ਆਪਾਂ ਕਰਦੇ ਵੀ ਹਾਂ ਤਾਂ ਇੱਕ ਇਹਨੂੰ ਨਵੀਂ ਸੋਚ ਨਾਲ ਕਰੀਏ, ਵੱਖਰੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਹੋਵੇ। ਅਤੇ ਜਿਹੜੀ ਇਹ ਸ਼ਰਾਬ ਕਹਿੰਦੇ ਅਸੀਂ ਨਸ਼ਾ ਨਹੀਂ ਕਰਦੇ, ਇਹ ਚੰਗੀ ਸਨੇਚੇ ਸ਼ਰਾਬ ਪੀਂਦੇ ਨੇ, ਮਾੜੇ ਠੇਕਿਆਂ ਦਾ ਰੋਕੜ ਪਾਣੀ ਕਿਉਂ ਪੀਂਦੇ ਨੇ ਇਹ, ਚੰਗੇ ਚੰਗੇ ਖਾਸ ਖਾਸ ਬੰਦਿਆਂ ਨੂੰ ਪਿਆਉਂਦੇ ਨੇ, ਆਹ ਕਿਸੇ ਗਰੀਬ ਜਨਤਾ ਨੂੰ ਬਣਾਉਂਦੇ ਨਹੀਂ। ਅੱਜ ਅਸੀਂ ਪਿੰਡ ਮਾਨਸਾ ਜ਼ਿਲ੍ਹਾ ਦਾ ਮੂਸਾ ਪਿੰਡ ਆ ਜਿਹੜਾ ਉੱਥੇ ਪਹੁੰਚੇ ਹੋਏ ਹਾਂ, ਜਿੱਥੇ ਸਿੱਧੂ ਮੂਸੇ ਵਾਲਾ ਬਹੁਤ ਹੀ ਮਸ਼ਹੂਰ ਅਤੇ ਫੇਮਸ ਗਾਇਕ ਜਿਹੜਾ ਔਰ ਸਰਪੰਚੀ ਦੀ ਜਿਹੜੀ ਚੋਣ ਹੈ ਉਹਨਾਂ ਦੇ ਪਰਿਵਾਰ ਵਿੱਚੋਂ, ਉਹਨਾਂ ਦੇ ਮਾਤਾ ਵੱਲੋਂ ਜਿਹੜੀ ਇਹ ਚੋਣ ਲੜੀ ਜਾ ਰਹੀ ਆ, ਉਹਦੀ ਕੰਪੇਨਿੰਗ ਚੱਲ ਰਹੀ ਆ ਔਰ ਕਾਫੀ ਟਾਈਮ ਤੋਂ ਸਿੱਧੂ ਆਪਣੇ ਪਿੰਡ 'ਚ ਹੀ ਆ, ਉਸ ਕੰਪੇਨਿੰਗ ਦਾ ਹਿੱਸਾ ਬਣਿਆ ਹੋਇਆ। ਸੋ ਫੈਮਿਲੀ ਨੂੰ ਕਿੰਨਾ ਕੁ ਸਪੋਰਟ ਕਰ ਰਹੇ ਨੇ, ਲੋਕ ਕਿੰਨਾ ਕੁ ਉਹਨਾਂ ਦੇ ਨਾਲ ਔਰ ਕੰਪੇਨਿੰਗ ਜਿਹੜੀ ਕਿੱਦਾਂ ਦੀ ਚੱਲ ਰਹੀ ਆ, ਕਿਉਂਕਿ ਜਿਹੜੀ ਸਰਪੰਚੀ ਦੀ ਇਲੈਕਸ਼ਨ ਆ MLA MP ਦੀ ਇਲੈਕਸ਼ਨ ਤੋਂ ਵੀ ਵੱਧ ਕੇ ਹੁੰਦੀ ਹੈ, ਇਸੇ ਦੇ ਵਿੱਚ ਹੀ ਸਾਰਾ ਕੁਝ ਦੇਖਣ ਨੂੰ ਜਿਹੜੇ ਜ਼ਿਆਦਾ ਝਟਕੇ ਜਿਹੜੇ ਹੁੰਦੇ ਨੇ ਦੇਖਣ ਨੂੰ ਮਿਲਦੇ ਨੇ। ਸੋ ਅਸੀਂ ਉਹਨਾਂ ਨਾਲ ਗੱਲ ਵੀ ਕਰਾਂਗੇ ਇੱਥੇ ਅਤੇ ਕਿੱਦਾਂ ਦੀ ਕੰਪੇਨਿੰਗ ਕਰ ਰਹੇ ਨੇ, ਨਸ਼ਾ ਮੁਕਤ ਕੰਪੇਨਿੰਗ ਆ, ਲੜਾਈਆਂ ਤੋਂ ਮੁਕਤ ਕੰਪੇਨਿੰਗ ਆ, ਕਿੱਦਾਂ ਦੀ ਕੰਪੇਨਿੰਗ ਆ ਮੂਸਾ ਪਿੰਡ ਦੀ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅਤੇ ਉਹਨਾਂ ਤੋਂ ਜਾਣਾਂਗੇ ਕਿ ਜਿਹੜੀ ਸਰਪੰਚੀ ਨੂੰ ਲੈ ਕੇ ਉਹ ਕਿੱਦਾਂ ਕਿੱਦਾਂ ਦੇ ਕੰਮ, ਜਿਹੜੇ ਕਿੱਦਾਂ ਦਾ ਚੋਣ ਮੈਨੀਫੈਸਟੋ, ਕਿੱਦਾਂ ਦੀ ਸੋਚ ਲੈ ਕੇ ਚੱਲੇ ਹੋਏ ਨੇ। ਤੁਸੀਂ ਇੱਕ ਬੰਦੇ ਨੂੰ ਨਹੀਂ, ਕੰਮ ਤਾਂ ਆਪਾਂ ਸਾਰਾ ਨਹੀਂ ਕਰਦੇ, ਠੀਕ ਹੈ ਜੀ, ਮੇਰਾ ਵੀ ਕੰਮ ਹੈ ਇਹ ਸਰਪੰਚੀ ਹੈ ਨਾ, ਸਿੱਧੀ ਲੋਕਾਂ ਦੀ ਹੈ ਜੀ, ਇਹ ਕਿਸੇ ਇੱਕ ਬੰਦੇ ਦੀ ਸਰਪੰਚੀ ਨਹੀਂ, ਵੀ ਇੱਕ ਬੰਦੇ ਨੇ ਲਿਖਾ ਲਿਆ ਜੀ ਕਾਰ 'ਤੇ ਸਰਪੰਚ, ਸਰਪੰਚ ਸਾਹਿਬ ਆ ਗਏ, ਸਰਪੰਚ ਸਾਹਿਬ ਆ ਤਾਂ ਸਾਰੇ ਸਰਪੰਚ ਮੇਰੇ ਸਾਰੀ ਗੱਡੀਆਂ ਤੋਂ ਲਿਖਾ ਲਓ, ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਊਗੀ, ਠੀਕ ਹੈ ਜੀ। ਸੋ ਸਾਡੇ ਨਾਲ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਇੱਥੇ ਖੜ੍ਹੇ ਨੇ, ਜਿਨ੍ਹਾਂ ਦੇ ਧਰਮ ਪਤਨੀ ਇਹ ਸਰਪੰਚੀ ਦੀ ਜਿਹੜੀ ਚੋਣ ਲੜ ਰਹੇ ਨੇ। ਸਰ ਪਹਿਲਾਂ ਹੀ ਸਵਾਲ, ਪਹਿਲਾਂ ਹੀ ਮਤਲਬ ਕਿ ਪਲਾਨ ਸੀਗਾ ਸਾਲ ਤੋਂ ਕਰ ਰਹੇ ਸੀਗੇ ਕਿ ਸਰਪੰਚੀ ਲੜਨੀ ਆ, ਜਾਂ ਬਾਅਦ ਦੇ ਵਿੱਚ ਤੁਸੀਂ ਪਲਾਨ ਕੀਤਾ ਕਿ ਸਰਪੰਚੀ ਲੜਨੀ ਆ? ਨਹੀਂ, ਇਸ ਤੋਂ ਪਹਿਲਾਂ ਅਸੀਂ 2008 ਵਾਲੇ ਪਲਾਨ ਦੇ ਵਿੱਚ ਵੀ ਬਤੌਰ ਪੰਚ ਜੀ ਜੀ ਚੋਣ ਲੜੀ ਸੀ, ਉਦੋਂ ਤੋਂ ਹੀ ਮੈਂ ਪੰਚਾਇਤ 'ਚ ਕੰਮ ਕਰ ਰਿਹਾ ਜੀ ਜੀ ਜੀ। ਅਤੇ ਹੁਣ ਸਰਕਾਰ ਆਉਣ ਕਰਕੇ ਕੁਛ ਬੇਟੇ ਦੇ ਕਹਿਣ 'ਤੇ ਕੁਛ ਸਮੱਸਿਆਵਾਂ ਇਹੋ ਜਿਹੀਆਂ ਹੈਗੀਆਂ ਨੇ ਵੀ ਆਪਾਂ ਕਰ ਸਕਦੇ ਹਾਂ ਹੁਣ ਥੋੜ੍ਹਾ ਜਿਹਾ ਆਪਦੇ ਵੀ ਕੁਛ ਪ੍ਰਸ਼ਾਸਨ ਦੇ ਵਿੱਚ ਲਾ ਲਓ, ਕੁਝ ਜਾਣ ਪਹਿਚਾਣ ਵਧੀਆ ਜਾਂ ਸਾਰੇ ਭਾ। ਅਤੇ ਸਿੱਧੂ ਭਾਅ ਜੀ ਦਾ ਇੱਕ ਵੱਡਾ ਨਾਮ ਆ ਇੰਡਸਟਰੀ ਦੇ ਵਿੱਚ, ਬਹੁਤ ਵੱਡਾ ਨਾਮ ਆ, ਅਗਰ ਉਹਨਾਂ ਨੇ ਯੈਸ ਕੀਤੀ ਕਿ ਸਰਪੰਚੀ ਹਾਂ ਠੀਕ ਆ ਆਪਾਂ ਸਰਪੰਚੀ ਦੀ ਚੋਣ ਲੜਦੇ, ਜਾਂ ਉਹਨਾਂ ਨੇ ਇੱਦਾਂ ਕਿਹਾ ਕਿ ਨਹੀਂ ਕੀ ਲੋੜ ਆ ਸਾਰਾ ਕੁਛ ਹੈ ਸਾਰਾ ਕੁਝ ਸੈੱਟ ਆ, ਮਤਲਬ ਕਿ ਸਰਪੰਚੀ ਲੜਨੀ ਚਾਹੀਦੀ ਆ ਜਾਂ ਨਹੀਂ ਲੜਨੀ ਚਾਹੀਦੀ, ਫਿਰ ਉਹਨਾਂ ਨੂੰ ਯੈਸ ਤੁਸੀਂ ਕਰਾਈ ਜਾਂ ਉਹਨਾਂ ਨੇ ਆਪ ਹੀ ਕਰਤੀ ਸੀਗੀ? ਨਹੀਂ, ਜਿਹੜੀ ਇਹ ਗੱਲ ਸਰਪੰਚੀ ਨੂੰ ਮਤਲਬ ਅਸੀਂ ਬਤੌਰ ਇੱਕ ਚੌਧਰੀ ਤਰ੍ਹਾਂ ਨਹੀਂ ਦੇਖ ਰਹੇ ਵੀ, ਚੱਲ ਜੇ ਆਪਾਂ ਕਰਦੇ ਵੀ ਹਾਂ ਤਾਂ ਇੱਕ ਇਹਨੂੰ ਨਵੀਂ ਸੋਚ ਨਾਲ ਕਰੀਏ, ਵੱਖਰੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਉਹਨੇ ਕੀਤੀ ਹੈ, ਜਿਸ ਤਰ੍ਹਾਂ ਵੀ ਨਸ਼ੇ ਤੋਂ ਲਾ ਲਓ ਹੈ ਨਾ, ਸ਼ਰਾਬ ਪਿਆ ਕੇ ਸਰਪੰਚ ਬਣਨਾ ਤਾਂ ਮੇਰਾ ਖਿਆਲ ਕੋਈ ਹੈ, ਬਿਲਕੁਲ ਬਿਲਕੁਲ ਬਿਲਕੁਲ। ਅਤੇ ਸਭ ਤੋਂ ਬਹੁਤ ਵੱਡਾ ਫੈਸਲਾ ਸੀ, ਪਹਿਲੇ ਦਿਨ ਤਾਂ ਸਾਨੂੰ ਥੋੜ੍ਹਾ ਡਰ ਵੀ ਲੱਗ ਰਿਹਾ ਸੀ ਵੀ ਅਸੀਂ ਥੋੜ੍ਹਾ ਜਿਹਾ ਸਮਾਜ ਦੇ ਉਲਟ ਚੱਲ ਰਹੇ ਹਾਂ, ਕਿਉਂਕਿ ਸਾਰੇ ਲੋਕ ਹੀ ਕਹਿੰਦੇ ਸੀ ਵੀ ਜੇ ਸ਼ਰਾਬ ਤੋਂ ਬਿਨਾਂ ਵੋਟ ਤਾਂ ਬਹੁਤ ਮੁਸ਼ਕਿਲ, ਬਿਲਕੁਲ ਸਾਨੂੰ ਵੀ ਥੋੜ੍ਹਾ ਲੱਗਦਾ ਸੀ, ਪਰ ਅਸੀਂ ਵੀ ਤਾਂ ਇਹੀ ਕਰ ਲਿਆ ਵੀ ਇਹਨਾਂ ਤਾਂ ਹਾਰ ਨਹੀਂ ਬਿਹਤਰ ਹੈ, ਬਿਲਕੁਲ। ਤਾਂ ਪਹਿਲੇ ਦਿਨ ਤੋਂ ਲੈ ਕੇ ਡੇ ਬਾਈ ਡੇ ਸਾਡੀ ਜਿਹੜੀ ਮੁਹਿੰਮ ਹੈ ਤਾਂ ਜ਼ੋਰ ਫੜਦੀ ਵੀ ਹੈ ਤੁਹਾਡੇ ਸਾਹਮਣੇ, ਬਿਲਕੁਲ ਬਿਲਕੁਲ। ਜੇ ਦੇਖਿਆ ਜਾਵੇ ਅਸੀਂ ਵੀ ਇੱਥੇ ਦੇਖ ਰਹੇ ਸੀਗੇ ਜਦੋਂ ਮਾਰਚ ਇੱਕ ਪਿੰਡ ਦੇ ਵਿੱਚ ਗੇੜਾ ਦਿੱਤਾ, ਬਹੁਤ ਜ਼ਿਆਦਾ ਇਕੱਠ ਸੀਗਾ, ਤਾਂ ਇਕੱਠ ਤੋਂ ਦੇਖ ਕੇ ਐਂ ਲੱਗਦਾ ਕਿ ਪਿੰਡ ਪੂਰਾ ਇਕੱਠਾ ਸੀਗਾ ਅਤੇ ਸਰਬਸੰਮਤੀ ਹੋ ਜਾਣੀ ਚਾਹੀਦੀ ਸੀਗੀ, ਕਿਉਂਕਿ ਇਸ ਵਾਰ ਜੇ ਦੇਖਿਆ ਜਾਵੇ ਓਵਰਆਲ ਪੰਜਾਬ ਨੂੰ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਜਗ੍ਹਾ 'ਤੇ ਸਰਬਸੰਮਤੀ ਹੋਈ ਆ, ਤੁਸੀਂ ਇਹ ਚੀਜ਼ ਨੂੰ ਟਰਾਈ ਕੀਤਾ ਸੀ ਜਾਂ ਲੋਕ ਮੰਨੇ ਨਹੀਂ ਗਏ? ਟਰਾਈ ਸੀਗਾ, ਦੇਖੋ ਜਦੋਂ ਤੱਕ ਤਾਂ ਸਰਬਸੰਮਤੀ ਦੀ ਗੱਲ, ਤਾਂ ਸਰਬਸੰਮਤੀ ਹੈ, ਤੁਸੀਂ ਲੋਕਾਂ ਨੂੰ ਵੇਖ ਕੇ ਦੇਖ ਲਓ ਸੰਮਤੀ ਹੈ ਜੀ ਜੀ ਜੀ, ਉੱਧਰ 25 ਬੰਦੇ ਫਿਰਦੇ ਨੇ, ਇੱਧਰ ਕਿਤੇ ਖੜਨ ਨੂੰ ਜਗ੍ਹਾ ਨਹੀਂ ਹੈ, ਸਮਝਦੀ ਆ, ਅਕਾਲੀ ਭਰਾ ਨੇ ਉਹ ਨਾਲ ਨੇ, ਆਮ ਪਾਰਟੀ ਦੇ ਭਰਾ ਨੇ ਉਹ ਨਾਲ ਨੇ, ਕਾਂਗਰਸ ਦਾ ਮੈਂ ਆਪ ਹੀ ਕੰਮ ਕਰ ਰਿਹਾ,
ਤੇ ਓਵਰਆਲ ਸੀਗੀ ਤਾਂ ਸਰਬਸੰਮਤੀ, ਪਰ ਹੁਣ ਜੀ ਇੱਕ ਅੱਧਾ ਮੈਂਬਰ ਕੋਈ ਨਾ ਆਖੇ ਲੱਗੇ ਹਨਾ, ਆਪਾਂ ਕਿਸੇ ਨੂੰ ਹਰੇਕ ਬੰਦਾ ਆਜ਼ਾਦ ਹੈ ਜੀ ਜੀ, ਤਾਂ ਆਪਾਂ ਨੂੰ ਰੋਕ ਨਹੀਂ ਸਕਦੇ ਜੀ ਜੀ। ਅਤੇ ਕੀ ਕਹਿਣਾ ਚਾਹੋਗੇ ਓਵਰਆਲ ਵੀ, ਕਿਉਂਕਿ ਜਿਹੜੀ ਤੁਹਾਡੀ ਨਿਊਜ਼ ਆ ਬਹੁਤ ਸਾਰੇ ਲੋਕਾਂ ਨੇ ਦੇਖਣੀ ਆ ਪੰਜਾਬ ਦੇ ਵਿੱਚ ਵੀ, ਕਿ ਕਿੱਦਾਂ ਦਾ ਜਿਹੜਾ ਮਾਹੌਲ ਹੋਣਾ ਚਾਹੀਦਾ ਸਰਪੰਚ ਦਾ, ਜਿਹੜੀ ਤੁਸੀਂ ਗੱਲ ਕੀਤੀ ਕਿ ਨਸ਼ਾ ਮੁਕਤ ਜਿਹੜੀ ਅਸੀਂ ਕੰਪੇਨਿੰਗ ਚਾਹੇ ਹਾਰ ਜਾਵਾਂਗੇ ਅਸੀਂ, ਬਹੁਤ ਵਧੀਆ ਗੱਲ ਆ। ਕਿਉਂਕਿ ਜੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਸਰਪੰਚੀ ਦੀ ਚੋਣ ਵੇਲੇ ਸਭ ਤੋਂ ਵੱਧ ਖਰਚਾ ਕੀਤਾ ਜਾਂਦਾ, ਜੇ ਦੇਖਿਆ ਜਾਵੇ MLA MP ਪਿੰਡ ਦੇ ਉੱਪਰ ਉਨਾ ਖਰਚਾ ਨਹੀਂ ਕਰਦੇ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਉਹਨਾਂ ਪਿੰਡਾਂ ਨੂੰ ਜਿੱਥੇ ਦਾਰੂ ਜਿਹੜੀ ਆ, ਦਾਰੂ ਤੋਂ ਬਿਨਾਂ ਲੋਕ ਵੋਟ ਨਹੀਂ ਪਾ ਰਹੇ, ਅਤੇ ਜਿਹੜਾ ਨਸ਼ਾ ਬਹੁਤ ਜ਼ਿਆਦਾ ਪ੍ਰੋਵਾਈਡ ਕੀਤਾ ਜਾਂਦਾ ਸਰਪੰਚੀ ਦੀ ਇਲੈਕਸ਼ਨ ਟਾਈਮ? ਦੇਖੋ ਜੀ, ਜਿੱਥੋਂ ਤੱਕ ਨਸ਼ਾ ਮੁਕਤੀ ਦੀ ਗੱਲ ਹੈ, ਮੇਰਾ ਖਿਆਲ ਸਾਡੇ ਹਲਕੇ ਦੀ, ਸਾਡੀ ਜਿਹੜੀ ਪਿੰਡ ਦੀ ਮੁਹਿੰਮ ਹੈ, ਇਹਦੀ ਕਾਫੀ ਚਰਚਾ ਮੈਂ ਸੁਣਿਆ ਆਸੇ ਪਾਸੇ, ਸਾਡੇ ਹਲਕਾ ਵਿਧਾਇਕ ਵੀ ਪਰਸੋਂ ਮਿਲ ਕੇ ਗਏ ਜੀ, ਸਾਰੇ ਲੋਕ ਤਨੋ ਮਨੋ ਇਸ ਗੱਲ ਨੂੰ ਸਰਾਹ ਰਹੇ ਨੇ। ਅਤੇ ਬਾਕੀ ਤਾਂ ਜੇ ਹੁਣ ਮਤਲਬ ਜ਼ਿਆਦਾ ਖਰਚਾ ਕਰਾਂਗੇ, ਬਜਟ ਵਧਾਵਾਂਗੇ ਤਾਂ ਪਹਿਲਾਂ ਅਗਲਾ ਖਰਚਾ ਪੂਰਾ ਕਰੂਗਾ ਬਿਲਕੁਲ, ਅਤੇ ਫਿਰ ਉਹ ਆਪਣਾ ਅਗਲੇ ਪਲਾਨ ਦੀ ਤਿਆਰੀ ਕਰੂਗਾ। ਅਤੇ ਸਾਡਾ ਐਸਾ ਮੋਟਿਵ ਨਹੀਂ, ਕਿਉਂਕਿ ਮੇਰੇ ਪਰਿਵਾਰ ਦਾ ਲਗਭਗ ਬੱਚਾ ਉੱਧਰ ਸ਼ਿਫਟ ਆ, ਅਸੀਂ ਤਾਂ ਇੱਕ ਇਹਨੂੰ ਬਿਲਕੁਲ ਹੀ ਸੇਵਾ ਦੇ ਤੌਰ 'ਤੇ ਲੈ ਰਹੇ ਹਾਂ ਬਿਲਕੁਲ, 1% ਵੀ ਸਾਡੇ ਮਨ ਦੇ ਵਿੱਚ ਨਹੀਂ ਵੀ ਕਿਸੇ ਗ੍ਰਾਂਟ 'ਚੋਂ ਪੈਸਾ ਖਾਣਾ ਜਾਂ ਕੁਛ ਖਾਣਾ, ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਬਿਲਕੁਲ ਬਿਲਕੁਲ। ਸਾਡੇ ਨਾਲ ਹੁਣ ਨੇ ਮੂਸਾ ਪਿੰਡ ਤੋਂ ਸੁਰਜੀਤ ਸਿੰਘ ਖਿੱਲੂ, ਅਤੇ ਜਿਨ੍ਹਾਂ ਦੇ ਧਰਮ ਪਤਨੀ ਜਿਹੜੇ ਇਲੈਕਸ਼ਨ ਇੱਥੇ ਸਰਪੰਚੀ ਦੀ ਚੋਣ ਲੜ ਰਹੇ ਨੇ, ਸਿੱਧੂ ਮੂਸੇਵਾਲੇ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਦੇ ਜਿਹੜੇ ਐਂਟੀ ਖੜੇ ਹੋਏ ਨੇ, ਕੀ ਰੁਝਾਨ ਲੱਗ ਰਹੇ ਨੇ ਜਿਹੜੀ ਇਲੈਕਸ਼ਨ ਆ 30 ਤਰੀਕ ਨੂੰ ਜਿਹੜੇ ਆਉਣਗੇ? ਅਤੇ ਦੂਸਰੇ ਜਿੱਦਾਂ ਅਸੀਂ ਉੱਧਰ ਗੱਲ ਕੀਤੀ ਹੈ ਕਿ ਉਹ ਕਹਿੰਦੇ ਕਿ ਸਾਡਾ ਜਿਹੜਾ 80% ਜਿਹੜੇ ਅਸੀਂ ਜਿੱਤੇ ਪਏ ਹਾਂ, ਤੁਹਾਡਾ ਉਸ ਗੱਲ ਨੂੰ ਲੈ ਕੇ ਕੀ ਕਹਿਣਾ ਵਾ? ਇਹ ਤਾਂ ਜੀ ਤੁਸੀਂ ਦੇਖ ਲਓ ਸੰਗਤ ਮਗਰ ਵੀ ਕਿਹੜੇ ਲੋਕ ਜਿੱਤੇ ਨੇ, ਬਾਕੀ ਸਿਰੇ ਤੁਹਾਨੂੰ 30 ਨੂੰ 12 ਵਜੇ ਨੂੰ ਪਤਾ ਲੱਗ ਜੂ ਵੀ ਕੌਣ ਜਿੱਤਿਆ ਅਤੇ ਕੌਣ ਹਾਰਿਆ। ਵਾਜਵਾ ਹਾਂਜੀ। ਅਤੇ ਉਹਨਾਂ ਦਾ ਕਹਿਣਾ ਵਾ ਕਿ ਅਸੀਂ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀਗੀ, MLA ਦੀ ਇਲੈਕਸ਼ਨ ਹੋਵੇ ਚਾਹੇ MP ਦੀ, ਉਨਾ ਖਰਚਾ ਜਿਹੜਾ ਨਹੀਂ ਕੀਤਾ ਜਾਂਦਾ ਹੁੰਦਾ ਪਿੰਡਾਂ ਦੇ ਵਿੱਚ, ਅਤੇ ਪਿੰਡਾਂ ਦੇ ਜਿਹੜੀ ਸਰਪੰਚੀ ਦੀ ਇਲੈਕਸ਼ਨ ਆ ਉਹਦੇ ਉੱਤੇ ਬਹੁਤ ਖਰਚਾ ਕੀਤਾ ਜਾਂਦਾ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਮੇਨਟੇਨ ਕਰ ਸਕਦੇ ਹੋ? ਜਦਕਿ ਸਰਕਾਰੀ ਜਿਹੜੇ ਕਾਗਜ਼ਾਂ ਦੇ ਵਿੱਚ ਜਿਹੜਾ ਅਨਾਊਂਸ ਕੀਤਾ ਜਾਂਦਾ ਕਿ 50,000 ਤੋਂ ਸਮਥਿੰਗ ਤੁਸੀਂ ਕੁਛ ਵੀ ਜਿਹੜਾ ਜ਼ਿਆਦਾ ਖਰਚਾ ਨਹੀਂ ਕਰ ਸਕਦੇ, ਅਤੇ ਕਿੰਨਾ ਕੁ ਤੁਸੀਂ ਜਿਹੜਾ ਇਸ 'ਤੇ ਹੁਣ ਤੱਕ ਜਿਹੜਾ ਓਵਰਆਲ ਖਰਚਾ ਕਰ ਚੁੱਕੇ ਹੋ? ਖਰਚਾ ਜੀ ਕੋਈ ਨਹੀਂ, ਤੁਸੀਂ ਜਾ ਕੇ ਮੇਰੇ ਘਰੇ ਦੇਖ ਲਓ, ਨਾ ਗੰਢੇ ਹੈ, ਨਾ ਆਲੂ ਹੈ, ਨਾ ਉਹ ਹੈ, ਇਕੱਲੀ ਦਾਲ ਰੋਟੀ ਇਹਨਾਂ ਨੂੰ ਜੀ ਜੀ, ਇਹਨਾਂ ਨੂੰ ਮੈਂ ਦਾਲ ਰੋਟੀ ਐਂ ਵੀ ਕਹਿੰਦਾ ਜਨਤਾ ਨੂੰ ਵੀ ਤੁਸੀਂ ਆਪਦੇ ਘਰੇ ਖਾ ਕੇ ਆਉਂਦੇ, ਕੁਛ ਖਾ ਕੇ ਆਉਂਦੇ ਨੇ, ਕੁਛ ਅਸੀਂ ਖਵਾਉਂਦੇ ਹਾਂ। ਅਤੇ ਉਹਨਾਂ ਦਾ ਕਹਿਣਾ ਕਿ ਜਿਹੜਾ ਜਿਹੜੇ ਹੁੰਦੇ ਨੇ ਕਿ ਪਿੰਡ ਦੇ ਵਿੱਚ ਖਾਸ ਕਰਕੇ ਸਰਪੰਚੀ ਵੇਲੇ, ਆਮ ਚੋਣਾਂ ਨੂੰ ਨਹੀਂ ਲੈ ਕੇ ਕਹਿ ਸਕਦੇ ਆਪਾਂ, ਸਰਪੰਚੀ ਵੇਲੇ ਜਿਹੜੇ ਪਿੰਡ ਦੇ ਵਿੱਚ ਸ਼ਰਾਬ ਪੀਣ ਵਾਲੇ ਵੀ ਕੁਛ ਹੁੰਦੇ ਨੇ ਅੰਸਰ, ਉਹਨਾਂ ਨੂੰ ਜ਼ਰੂਰੀ ਹੁੰਦੀ ਹੈ ਕਿ ਵੋਟ ਲੈਣੀ ਆ, ਅਤੇ ਮੈਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਿੱਦਾਂ ਗੱਲਬਾਤ ਵੀ ਕੀਤੀ ਆ, ਉੱਥੇ ਲੇਡੀਜ਼ ਹੁੰਦੀਆਂ ਨੇ, ਉਹਨਾਂ ਨੂੰ ਵੀ ਬਹੁਤ ਤਰ੍ਹਾਂ ਤਰ੍ਹਾਂ ਦਾ ਜਿਹੜਾ ਸਮਾਨ ਪ੍ਰੋਵਾਈਡ ਕੀਤਾ ਜਾਂਦਾ ਖਾਣ ਲਈ, ਅਤੇ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਇੱਦਾਂ ਦਾ ਕੁਛ ਵੀ ਨਹੀਂ ਕਰ ਰਹੇ, ਨਸ਼ਾ ਮੁਕਤ ਕਰ ਰਹੇ ਹਾਂ, ਚਾਹੇ ਅਸੀਂ ਹਾਰ ਜਾਈਏ ਪਰ ਅਸੀਂ ਇੱਦਾਂ ਜਿਹੜਾ ਨਸ਼ਾ ਕੁਛ ਨਹੀਂ ਕਰਨਾ। ਅਤੇ ਤੁਹਾਡੇ ਵੱਲੋਂ ਜਿਹੜੀ ਇਹ ਕੰਪੇਨਿੰਗ ਕਿੱਦਾਂ ਦੀ ਕੀਤੀ ਜਾ ਰਹੀ ਹੈ? ਮੈਂ ਤੁਹਾਨੂੰ ਬੇਨਤੀ ਕਰਦਾਗਾ, ਅਤੇ ਜਿਹੜੀ ਇਹ ਸ਼ਰਾਬ ਕਹਿੰਦੇ ਅਸੀਂ ਨਸ਼ਾ ਨਹੀਂ ਕਰਦੇ, ਇਹ ਚੰਗੀ ਸਨੇਚਰ ਸ਼ਰਾਬ ਪੀਂਦੇ ਨੇ, ਮਾੜੇ ਠੇਕਿਆਂ ਦਾ ਡੋਕਲ ਪਾਣੀ ਕਿਉਂ ਪੀਂਦੇ ਨੇ ਇਹ, ਚੰਗੇ ਚੰਗੇ ਖਾਸ ਖਾਸ ਬੰਦਿਆਂ ਨੂੰ ਪਿਆਉਂਦੇ ਨੇ, ਆਹ ਕਿਸੇ ਗਰੀਬ ਜਨਤਾ ਨੂੰ ਉਹ ਬੁਲਾਉਂਦੇ ਨਹੀਂ, ਨਾ ਕਿਸੇ ਦੇ ਹੱਥ ਬੰਨਣ, ਉਹ ਤਾਂ ਕਹਿੰਦੇ ਨੇ ਅਸੀਂ 10 ਵਜੇ ਨੂੰ ਜਿੱਤ ਕੇ ਬਾਹਰ ਨਿਕਲਾਂਗੇ, ਇਹ ਤਾਂ ਗਰੀਬ ਬੰਦਾ ਜੀ। ਸਿੱਧੂ ਮੂਸੇਵਾਲੇ ਦਾ ਅੱਜ ਇੱਕ ਵੱਡਾ ਨਾਮ ਆ ਹਰ ਕਿਤੇ ਜਾਂ ਕਲਾਕਾਰ ਦੇ ਤੌਰ 'ਤੇ, ਵੀ ਪੈਸਾ ਉਹਨਾਂ ਕੋਲ ਹੈ, ਅਤੇ ਤੁਹਾਡੇ 'ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਆਇਆ ਹੋਵੇ ਜਾਂ ਕੋਈ ਹੋਰ ਵੀ ਕਾਗਜ਼ ਚੱਕ ਲਓ ਜਾਂ ਬੰਦ ਕਰ ਲਓ ਵੀ ਸਰਪੰਚੀ ਨਹੀਂ, ਸਹਿਮਤੀ ਕਰ ਲਓ, ਜਾਂ ਹੋਰ ਕਿਸੇ ਦਾ ਤੁਹਾਡੇ ਜਿਹੜੇ ਜਿੰਨੇ ਵੀ ਤੁਹਾਡੇ ਨਾਲ ਵੋਟਰ ਸਪੋਟਰ ਜਿਹੜੇ ਜੁੜੇ ਹੋਏ ਨੇ ਉਹਨਾਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਕੋਈ ਆਇਆ ਹੋਵੇ? ਉਹ ਦਬਾਅ ਪਾਈ ਜਾਂਦੇ ਨੇ, ਡਰਾਈ ਵੀ ਜਾਂਦੇ ਨੇ, ਹੁਣ ਇਹ ਵੀ ਕਹਿ ਰਹੇ ਨੇ ਵੀ ਅਸੀਂ 10 ਵਜੇ ਨੂੰ ਹਾਰ ਪਾ ਕੇ ਬਾਹਰ ਨਿਕਲ ਆਵਾਂਗੇ, ਸਾਨੂੰ ਕੋਈ ਹਾਰ ਦੀ ਪਰਵਾਹ ਨਹੀਂ, ਅਸੀਂ ਜਿੱਤ ਕੇ ਆਵਾਂਗੇ। ਜਿਹੜਾ ਦਬਾਅ ਪਾਏ ਨੇ, ਜਿਹੜੇ ਕਹਿੰਦੇ ਨੇ ਇਹ ਵੀ ਅਸੀਂ ਉਹ ਨਸ਼ਾ ਨਹੀਂ ਕਰਦੇ, ਉਹ ਨਹੀਂ ਕਰਦੇ, ਸਾਰਾ ਕੁਛ ਕਰਦੇ ਨੇ ਉਹ, ਚੰਗੇ ਚੰਗੇ ਬੰਦਿਆਂ ਨੂੰ ਖਵਾਉਂਦੇ ਨੇ, ਹੁਣ ਚੰਗਾ ਅੱਜ ਲੰਗਰ ਲਾਇਆ, ਪਨੀਰ ਕਬੋੜਾ ਲੋਕਾਂ ਨੂੰ ਖਵਾਇਆ, ਜਲੇਬੀਆਂ ਖਵਾਈਆਂ, ਬ੍ਰੈਡ ਖਵਾਏ, ਤਾਂ ਉਹਨਾਂ ਨੇ ਆਪਦਾ ਇਕੱਠ ਕਰਿਆ। ਇਹਨਾਂ ਨੂੰ ਮੈਂ ਇਕੱਲੀ ਸਿਰਫ ਚਾਹ ਪਿਆਈ ਅੱਜ, ਉਹ ਵੀ ਫਿੱਕੀ।
ਤੇ ਕੱਲ ਅਗਰ ਤੁਸੀਂ ਜਦੋਂ ਸਰਪੰਚ ਬਣਦੇ ਹੋ ਤੇ ਕਿਹੋ ਜਿਹੇ ਵਾਅਦੇ ਨੇ ਜਿਹੜੇ ਇਹਨਾਂ ਨਾਲ ਕੀਤੇ ਹੋਏ ਨੇ, ਕਿਉਂਕਿ ਸਾਡਾ ਜਿਹੜਾ ਸਰਵੇ ਵੀ ਅਸੀਂ ਇਹਨਾਂ ਦਾ ਕਰ ਰਹੇ ਹਾਂ, ਇਹਨਾਂ ਦਾ ਕਹਿਣਾ ਕਿ ਘਰ ਜਿਹੜੇ ਹਜੇ ਕੱਚੇ ਨੇ, ਇੱਦਾਂ ਦੇ ਪਾਣੀ ਦਾ ਜਿਹੜਾ ਨਿਕਾਸ ਸਹੀ ਨਹੀਂ ਗਾ, ਤੁਸੀਂ ਕਿੱਦਾਂ ਕਿੱਦਾਂ ਦੇ ਵਾਅਦੇ ਕੀਤੇ ਨੇ ਕਿ ਜਿਹੜੇ ਤੁਸੀਂ ਕੱਲ੍ਹ ਨੂੰ ਸਰਪੰਚ ਬਣਨ ਤੋਂ ਬਾਅਦ ਪੂਰੇ ਕਰੋਗੇ? ਸਭ ਤੋਂ ਵੱਡਾ ਤਾਂ ਮੇਰਾ ਵਾਅਦਾ ਇਹ ਹੈ ਜੀ, ਮੈਂ ਕਿਸੇ ਨਾਲ ਵਿਤਕਰਾ ਨਹੀਂ ਕਰਨਾ, ਲੋਕ ਕੇ ਗੱਲ ਨਹੀਂ ਕਰਨੀ, ਕਿਸੇ ਬੰਦੇ ਨੂੰ ਨਾਲ ਲਾ ਕੇ ਪਰੇ ਹੋ ਕੇ ਗੱਲ ਨਹੀਂ ਕਰਨੀ, ਪੰਡਾਲ 'ਚ ਗੱਲ ਕਰੂੰਗਾ, ਖਰੀ ਕਰੂੰਗਾ, ਲੋਕਾਂ ਨੂੰ ਵੀ ਪਤਾ ਵੀ ਇਹ ਖਰੀ ਗੱਲ ਕਰਦਾ ਗਾ, ਘਰੇ ਬਿਨਾਂ ਨਹੀਂ ਹਟਦਾ। ਜਿਹੜਾ ਵਿਕਾਸ ਆ ਤੁਸੀਂ ਆਹ ਦੇਖ ਲਓ, ਇਹਦੇ ਮੁੱਦੇ 'ਤੇ ਅਸੀਂ ਚੋਣ ਲੜ ਰਹੇ ਹਾਂ ਵੀ ਇਹ ਮੁੱਦਾ ਪਿੰਡ ਸਾਡੇ ਆ ਲਈ ਆਉਣ ਵਾਲੇ 5 ਸਾਲਾਂ ਨੂੰ ਮਿਲੂ ਨਹੀਂ ਸਾਨੂੰ। ਅਤੇ ਇਲੈਕਸ਼ਨ ਜਿਹੜੀ ਆ 30 ਤਰੀਕ ਨੂੰ ਓਵਰਆਲ ਜਿਹੜੀ ਉਹਦੀ ਸਮਾਪਤੀ ਹੋ ਜੂਗੀ, ਅਤੇ ਲੋਕ ਤੁਹਾਡੇ ਨਾਲ ਓਵਰਆਲ ਜਿਹੜਾ ਇਕੱਠ ਆ ਦੇਖਿਆ ਜਾ ਰਿਹਾ, ਅਤੇ ਮੈਨੂੰ ਐਂ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦਾ ਇੱਕ ਵੱਡਾ ਨਾਮ ਆ ਉੱਥੇ, ਫੋਟੋਆਂ ਖਿਚਾਉਣ ਵਾਲੇ ਵੀ ਬਹੁਤ ਜਨਤਾ ਆ ਰਹੀ ਹੈ ਕਿ ਬਾਹਰੋਂ ਲੋਕ ਅਨਸਰ ਬਹੁਤ ਆ ਰਹੇ ਨੇ, ਅਤੇ ਤੁਹਾਨੂੰ ਕਿੰਨਾ ਕੁ ਲੱਗ ਰਿਹਾ ਕਿ ਇਹ ਚੀਜ਼ ਜਿਹੜੀ ਆ ਰਿਐਲਿਟੀ ਆ, ਸੱਚ ਆ ਜਿਹੜਾ? ਸਰ ਸਾਰਾ ਸੱਚ ਹੀ ਆ ਜੀ, ਤੁਸੀਂ ਐਂ ਕਰੋ ਸਾਡੇ ਪਿੰਡ ਦੇ ਜਿਹੜੇ ਉਹਨਾਂ ਨਾਲ ਬੰਦੇ ਅੱਜ ਫਿਰਦੇ ਨੇ, ਅੱਜ 50% ਬਾਹਰਲੇ ਨੇ, ਉਹਨਾਂ ਦੇ ਆਧਾਰ ਕਾਰਡ ਕਢਾ ਕੇ ਦੇਖ ਲਓ, ਵੋਟਰ ਕਾਰਡ ਕਢਾ ਕੇ ਦੇਖ ਲਓ, ਸਾਡੇ ਪਿੰਡ ਦਾ ਕੋਈ ਮੁੰਡਾ ਨਹੀਂ ਉਹਨਾਂ ਨਾਲ। ਪਹਿਲਾਂ ਜਦੋਂ ਇਹ ਆਇਆ ਸੀ ਕਿਸੇ ਨਾਲ ਫੋਟੋਆਂ ਨਹੀਂ ਲਿਆਉਂਦਾ ਸੀ, ਮੋਸ਼ ਕੁਮਾਰ ਦੀ ਅਗਲੇ ਨੂੰ ਕਹਿੰਦਾ ਬਾਹਰ 'ਚ ਲਿਖ ਕੇ ਲਾ ਤਾ ਵੀ ਮੈਨੂੰ ਮੱਤ ਮਿਲੂ, ਹੁਣ ਇਹ ਲਿਬੜਿਆਂ ਨੂੰ ਵੀ ਮਿਲੀ ਜਾਂਦਾ। ਬਿਲਕੁਲ, ਹੁਣ ਸਾਡੇ ਕੋਲ ਫੋਨ ਆਉਂਦੇ ਨੇ, ਸਾਡੇ ਆਪਦੇ ਰਿਸ਼ਤੇਦਾਰੀ 'ਚ ਆਉਂਦੇ ਨੇ ਵੀ ਅਸੀਂ ਸਿੱਧੂ ਮੂਸੇਵਾਲ ਨੂੰ ਮਿਲਣਾ, ਅਸੀਂ ਕਹਿ ਦਿੰਦੇ ਵੀ ਆ ਜਾਓ, ਅੱਜ ਤਾਂ ਬਾਹਰ ਖੁੱਲ੍ਹੀ ਹੈ, ਕਿਸੇ ਮਰਜ਼ੀ ਗਲੀ 'ਚ ਮਿਲ ਲਓ, ਉੱਥੇ ਮਿਲੂਗਾ। ਅਤੇ ਤੁਹਾਨੂੰ ਕੀ ਲੱਗਦਾ ਕਿ ਕੱਲ੍ਹ ਨੂੰ ਜੇ ਉਹ ਸਰਪੰਚੀ ਦੀ ਚੋਣ ਜਿੱਤਦੇ ਨੇ ਤਾਂ ਸਿੱਧੂ ਮੂਸੇਵਾਲਾ ਇੱਦਾਂ ਹੀ ਮਿਲੂਗਾ ਜਿੱਦਾਂ ਅੱਜ ਮਿਲ ਰਿਹਾ ਲੋਕਾਂ ਨੂੰ? ਨਹੀਂ, ਜਿੱਤ ਜੇ ਬਹੁਤ ਸੋਹਣਾ ਗੱਲ ਹੈ, ਅਸੀਂ ਜਿੱਤ ਹਾਰ ਤਾਂ ਮੁਕੱਦਰਾਂ ਦੀ ਹੈ। ਬਿਲਕੁਲ ਬਿਲਕੁਲ। ਨਹੀਂ, ਸਵਾਲ ਜਿਹੜਾ ਇੱਦਾਂ ਉੱਠ ਰਿਹਾ ਨਾ ਕਿ ਤੁਸੀਂ, ਤੁਹਾਡੇ ਸਵਾਲ ਦੇ ਵਿੱਚੋਂ ਇੱਕ ਸਵਾਲ ਆਇਆ ਕਿ ਅੱਜ ਜਿਵੇਂ ਮਰਜ਼ੀ ਚਾਹੇ ਲਿਬੜਿਆ ਜਾਵੇ ਕੋਈ, ਉਹਦੇ ਨਾਲ ਵੀ ਫੋਟੋ ਖਿਚਵਾਉਣ ਲਈ ਰੈਡੀ ਨੇ, ਉਹ ਤਿਆਰ ਨੇ, ਅਤੇ ਜੇ ਕੱਲ੍ਹ ਨੂੰ ਜਿੱਤਦੇ ਨੇ ਫਿਰ ਫੋਟੋਆਂ ਖਿਚਾਉਣ ਦਾ ਜਿਹੜਾ ਸਿਲਸਿਲਾ ਇੱਦਾਂ ਜਾਰੀ ਰਹੂਗਾ ਜਾਂ ਨਹੀਂ? ਉਹ ਤਾਂ ਜੀ ਸਰਪੰਚੀ ਵੀ ਗਾਹਾਂ ਦੇਈ ਬੈਠੇ ਨੇ, ਜਹਾਜ਼ ਦੀਆਂ ਟਿਕਟਾਂ ਕਟਾਈ ਬੈਠੇ ਨੇ, ਉਹਨਾਂ ਦਾ ਬਾਹਰਲੇ ਦੇਸ਼ ਜਾਣਾ ਹੀ ਜਾਣਾ, ਉਹ ਤਾਂ ਜਿਹੜੇ ਨਾਲ ਫਿਰਦੇ ਨੇ ਉਹਦੇ ਨਾਲ ਸਰਪੰਚੀ ਲੜਾਉਣ ਨੂੰ, ਉਹਨਾਂ ਨੂੰ ਮੁੱਦਾ ਬਣਾ ਕੇ ਦੇ ਤਾ ਵੀ ਤੁਸੀਂ ਸਰਪੰਚੀ ਕਰਨੀ ਆ ਪਰ ਮੈਨੂੰ ਜਿਤਿਆਓ ਜੀ, ਜੀ ਪਰ ਆਹ ਨਹੀਂ ਨਾ ਜਿੱਤਣ ਦਿੰਦੇ ਜਿਹੜੇ ਆਹ ਖੜੇ ਨੇ, ਤੁਸੀਂ ਦੇਖ ਲਓ। ਬਿਲਕੁਲ ਬਿਲਕੁਲ, ਹਾਂਜੀ ਜੀ ਜੀ ਹਾਂਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਲਈ ਕੱਢਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਸਾਡੇ ਨਾਲ ਨੇ ਸ਼ੁਭਦੀਪ ਸਿੰਘ ਸਿੱਧੂ ਜਿਹੜੇ ਕਿ ਅੱਜ ਕੱਲ੍ਹ ਮਸ਼ਹੂਰ ਨੇ ਸਿੱਧੂ ਮੂਸੇਵਾਲਾ ਨਾਮ ਤੋਂ। ਸੋ ਉਹਨਾਂ ਦੇ ਮਾਤਾ ਜੀ ਜਿਹੜੇ ਮੂਸਾ ਪਿੰਡ ਤੋਂ ਚੋਣ ਜਿਹੜੀ ਸਰਪੰਚੀ ਦੀ ਲੜ ਰਹੇ ਨੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਸਰ ਤੁਸੀਂ ਸਹਿਮਤੀ ਜਿਹੜੀ ਇੱਦਾਂ ਹੀ ਪ੍ਰਗਟਾਤੀ ਸੀਗੀ ਕਿ ਹਾਂ ਠੀਕ ਆ ਫੈਮਿਲੀ ਨੂੰ ਕਿ ਸਰਪੰਚੀ ਲੜੋ, ਜਾਂ ਕਿ ਨਹੀਂ ਜੀ ਆਪਾਂ ਹੁਣ ਸੈੱਟਾਂ ਮਾਤਾ ਨੂੰ ਜਾਂ ਪਾਪਾ ਵੀ ਸਾਰਾ ਕੁਝ ਸੈੱਟ ਆ ਵੀ ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਜਾਂ ਲੜਨੀ ਨਹੀਂ, ਅਤੇ ਕਿੱਦਾਂ ਤੁਹਾਡਾ ਡਿਸੀਜਨ ਜਿਹੜਾ ਡਾਇਰੈਕਟਲੀ ਸੀਗਾ ਜਾਂ ਪਹਿਲੋਂ ਨੋਕ ਝੋਕ ਹੈਗੀ ਸੀਗੀ ਵਿੱਚ ਥੋੜ੍ਹੀ? ਨਹੀਂ ਨਹੀਂ ਜੀ, ਮੈਂ ਤਾਂ ਆਪਾਂ ਇਹਨਾਂ ਚੀਜ਼ਾਂ ਦਾ ਇੰਟਰਸਟ ਹੀ ਲੈਂਦੇ ਹੁੰਦੇ, ਜਿਹੜੀਆਂ ਚੀਜ਼ਾਂ ਨੂੰ ਠੀਕ ਲੱਗਦੀਆਂ ਕਰ ਦਿੰਦੇ ਨੇ ਜੀ। ਬਾਕੀ ਹਾਂ ਹਾਂ ਦਾ ਨਾਰਾ ਤਾਂ ਹੁੰਦਾ ਹੀ ਹੈ ਵੀ ਚਲੋ ਠੀਕ ਆ ਵੀ ਓਕੇ ਆ, ਕੋਈ ਗੱਲ ਨਹੀਂ, ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਦਿਓ। ਮੈਂ ਕਦੇ ਕੋਈ ਨੁਕਤਾਚੀਨੀ ਨਹੀਂ ਕੀਤੀ ਵੀ ਜਾਂ ਕੋਈ ਆਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਸਰਪੰਚੀ ਦੀ ਇਲੈਕਸ਼ਨ ਇੱਕ ਇਹੋ ਜਿਹੀ ਇਲੈਕਸ਼ਨ ਆ, MLA ਦੀ ਹੋਵੇ ਚਾਹੇ MP ਦੀਆਂ ਇਲੈਕਸ਼ਨਾਂ 'ਚ ਜਿਹੜੇ ਵੱਡੇ ਲੀਡਰ ਨੇ ਇੰਨਾ ਇੰਟਰਸਟ ਨਹੀਂ ਦਿੰਦੇ ਹੁੰਦੇ ਪਿੰਡਾਂ ਦੇ ਵਿੱਚ, ਅਤੇ ਸਰਪੰਚੀ ਦੀ ਇਲੈਕਸ਼ਨ ਟਾਈਮ ਬਹੁਤ ਵੱਡਾ ਜਿਹੜਾ ਇੱਕ ਇਕੱਠ ਨੂੰ ਦੇਖਿਆ ਜਾਵੇ ਜਾਂ ਓਵਰਆਲ ਸਾਰਾ ਦੇਖਿਆ ਜਾਵੇ ਕੰਪੇਨਿੰਗ ਨੂੰ ਲੈ ਕੇ, ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਨਿਊਜ਼ ਵੀ ਆਉਂਦੀਆਂ ਨੇ ਜਾਂ ਕੁਛ ਡਰਿੰਕ ਵਗੈਰਾ ਦਾਰੂ ਨੂੰ ਲੈ ਕੇ ਵੀ ਜਿਹੜੇ ਵੋਟਰ ਨੇ ਉਹਨਾਂ ਨੂੰ ਸਪਲਾਈ ਕੀਤੀ ਜਾਂਦੀ, ਉਹਨੂੰ ਦਿੱਤਾ ਜਾਂਦੀ ਆ ਵੋਟ ਲਈ। ਅਤੇ ਮੂਸੇ ਪਿੰਡ ਦੇ ਵਿੱਚ ਕਿੱਦਾਂ ਦੀ ਜਿਹੜੀ ਕੰਪੇਨਿੰਗ ਆ, ਕਿੱਦਾਂ ਦੀ ਕੰਪੇਨਿੰਗ ਕਰ ਰਹੇ ਹੋ ਤੁਸੀਂ? ਨਸ਼ਾ ਰਹਿਤ ਜੀ, ਸਾਡੇ ਤੁਹਾਡੇ ਸਾਹਮਣੇ ਆਏ ਤੁਸੀਂ, ਸਾਡੇ ਨਾਲ ਹੀ ਰਹਿਣਾ ਸਾਧ ਨੇ ਵੀ ਨਸ਼ਾ ਰਹਿਤ ਸਾਰਿਆਂ ਤੋਂ, ਨਸ਼ਿਆਂ ਤੋਂ ਦੂਰ, ਅਤੇ ਸਾਰੀ ਇਮਾਨਦਾਰ ਕੰਪੇਨ ਆ ਸਾਡੀ, ਸਾਰੀ ਸਾਰੇ ਬਸ ਮੁੰਡੇ ਹੌਸਲੇ ਵਾਲੀ ਨੇ ਜਿੰਨੇ ਵੀ ਕੰਮ ਕਰਨਾ, ਪਿੰਡ ਦਾ ਸੁਧਾਰ ਕਰਨਾ ਚਾਹੁੰਦੇ, ਬਸ ਇਹੋ ਜਿਹੀ ਕੰਪੇਨ ਆ ਜੀ। ਅੱਜ ਇੱਕ ਵੱਡਾ ਨਾਮ ਆ ਤੁਹਾਡਾ, ਜੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਿੰਨੇ ਵੀ ਸਿੰਗਰ ਨੇ ਆਰਟਿਸਟ ਨੂੰ ਲੈ ਕੇ, ਚਾਹੇ ਹੰਸ ਰਾਜ ਹੰਸ ਜੀ ਨੇ, ਗੁਰਪ੍ਰੀਤ ਘੁੱਗੀ, ਭਗਵੰਤ ਮਾਨ ਨੇ, ਉਹ ਆਪਣੀ ਗਾਇਕੀ ਵਾਲਾ ਜਿਹੜਾ ਛੱਡ ਕੇ ਕਰੀਅਰ ਨੂੰ ਇਲੈਕਸ਼ਨ ਜਿਹੜੇ ਨੇ ਪੋਲੀਟੀਕਲ ਰਾਜਨੀਤੀ ਦੇ ਵਿੱਚ ਕਦਮ ਰੱਖ ਚੁੱਕੇ ਨੇ, ਜਿਹੜੇ ਕਿ ਬਾਅਦ ਦੇ ਵਿੱਚ ਇੱਧਰ ਨਹੀਂ ਮੁੜੇ, ਹੈ ਨਾ। 2019 ਦੇ ਵਿੱਚ MP ਦੀ ਇਲੈਕਸ਼ਨ ਵੀ ਹੋ ਰਹੀ ਹੈ, MLA ਦੀ ਇਲੈਕਸ਼ਨ, ਕੀ ਸਿੱਧੂ ਮੂਸੇਵਾਲਾ ਉਹ 'ਚ ਇੰਟਰਸਟਡ ਹੋਊਗਾ ਕਿ MP ਦੀ ਚੋਣ ਲੜ ਰਹੇ ਨੇ, ਸੁਣਨ ਨੂੰ ਮਿਲੂਗਾ ਤੁਹਾਡੇ ਚੋਣ ਵਾਲਿਆਂ ਨੂੰ?
ਪਹਿਲੀ ਗੱਲ ਮੈਂ ਤਾਂ ਜੀ ਆਪਣੇ ਪਿੰਡ ਵਾਸਤੇ ਕਰ ਰਿਹਾ, ਮੈਂ ਪਿੰਡ ਦਾ ਸੁਧਾਰ ਕਰਨਾ, ਮੈਨੂੰ ਬੁਰਾ ਲੱਗਿਆ, ਕੋਈ ਗੱਲ ਨਹੀਂ ਜੀ, ਪਰ ਹਜੇ ਕੋਈ ਫਿਲਹਾਲ ਕੋਈ ਉਹ ਨਹੀਂ ਹੈਗਾ, ਇੰਟਰਸਟ ਨਹੀਂ ਹੈਗਾ। ਅਤੇ ਆਪਣਾ ਚੋਣ ਮੈਨੀਫੈਸਟੋ ਜਿੱਦਾਂ ਸਵੇਰੇ ਤੁਹਾਡੀ ਸਪੀਚ ਵੀ ਅਸੀਂ ਸੁਣੀ ਆ ਕਿ ਅਸੀਂ ਆਪਾਂ ਪਿੰਡ ਲਈ ਇਹ ਕਰਾਂਗੇ, ਕਿਉਂਕਿ ਜੇ ਆਪਾਂ ਸਰਕਾਰ ਨੂੰ ਦੇਖੀਏ, ਪੰਜਾਬ ਸਰਕਾਰ ਆ ਜਾਂ ਹੋਰ ਵੀ ਮੌਜੂਦਾ ਜਾਂ ਪਹਿਲੋਂ ਸਰਕਾਰ ਜਿਹੜੀ ਲੰਘ ਗਈ, ਉਹਨਾਂ ਦਾ ਕੋਈ ਬਜਟ ਇੱਦਾਂ ਦਾ ਜਾਂ ਕਹਿ ਦਿੰਦੇ ਨੇ ਖਜ਼ਾਨਾ ਖਾਲੀ ਹੈ, ਤਾਂ ਤੁਸੀਂ ਕਿਸ ਤਰੀਕੇ ਨਾਲ ਫਿਰ ਉਹਨੂੰ ਹੈਂਡਲ ਕਰੋਗੇ ਕੱਲ੍ਹ ਨੂੰ ਜਦੋਂ ਗ੍ਰਾਂਟ ਜਾਂ ਨਹੀਂ ਆਉਂਦੀ ਪਿੰਡ ਦੇ ਜਿਹੜੇ ਕੀਤੇ ਵਾਅਦੇ ਜਿਹੜੇ ਕੰਮ ਨੇ? ਚੋਣ ਯਾਰ ਦੇਖੋ, ਪਹਿਲੀ ਗੱਲ ਤਾਂ ਮੈਨੂੰ ਕੋਈ ਗ੍ਰਾਂਟਾਂ ਤੋਂ ਲਾਲਚ ਨਹੀਂ, ਠੀਕ ਹੈ ਨਾ, ਮੈਨੂੰ ਚੌਧਰ ਦੀ ਲੋੜ ਆ ਸਾਰਾ ਕੁਝ, ਵੀ ਇਸ ਤਾਂ ਇਹ ਸਾਰਾ ਆਪਦੇ ਪਿੰਡ ਵਾਸਤੇ ਕਰ ਰਿਹਾ, ਆਪਦੇ ਘਰਾਂ ਵਾਸਤੇ ਕਰ ਰਹੇ, ਬਸ ਉਹ ਅਸੀਂ ਕਰਾਂਗੇ ਕਰਾਂਗੇ, ਭਲਾ ਗ੍ਰਾਂਟ ਆਵੇ ਭਲਾ ਨਾ ਬਣੀ ਆ, ਭਲਾ ਉਹ ਅਸੀਂ ਬਿਨਾਂ ਉਹ ਤੋਂ ਵੀ ਕਰ ਰਹੇ ਸੀ, ਹੁਣ ਥੋੜ੍ਹਾ ਜਿਹਾ ਇਹ ਆ ਵੀ ਚੱਲ ਅੱਜ ਸਾਰਾ ਪਿੰਡ ਨਾਲ ਤੁਰੂਗਾ ਤਾਂ ਹੋਰ ਬੈਟਰ ਕਰ ਲਾਂਗੇ। ਸੋ ਬਹੁਤ ਵਧੀਆ ਗੱਲ ਆ, ਪਿੰਡ ਤੁਹਾਡੇ ਨਾਲ ਹੀ ਆ, ਸਵੇਰੇ ਜਿਹੜਾ ਇਕੱਠ ਦੇਖਿਆ ਉਹ ਦੇਖ ਕੇ ਤਾਂ ਇੱਦਾਂ ਲੱਗਦਾ ਸੀਗਾ ਕਿ ਸੰਮਤੀ ਹੋ ਚੁੱਕੀ ਆ, ਸਰਪੰਚ ਜਿਹੜੇ ਸਿੱਧੂ ਦੀ ਫੈਮਿਲੀ ਤੋਂ ਬਣ ਚੁੱਕੇ ਨੇ, ਅਤੇ ਸਰਬ ਸੰਮਤੀ ਵਾਲਾ ਪਹਿਲੂ ਕੋਈ ਕਦਮ ਇੱਦਾਂ ਦਾ ਚੱਕਿਆ ਜਾਂ ਨਹੀਂ ਚੱਕਿਆ ਸੀਗਾ, ਜਾਂ ਵਿੱਚੋਂ ਅਨਸਰ ਹੁੰਦੇ ਨੇ ਕੁਛ ਉਹ ਮੰਨੇ ਨਹੀਂ? ਬਸ ਆਹੀ ਹੈ ਜੀ, ਤੁਹਾਨੂੰ ਪਤਾ ਥੋੜ੍ਹਾ ਬਹੁਤ ਹੁੰਦਾ ਜੀ, ਹਰੇਕ ਪਿੰਡ 'ਚ ਮਤਭੇਦ ਥੋੜ੍ਹਾ ਜਿਹਾ ਹੋਊਗਾ ਜੀ, ਪਰ ਹੁਣ ਤੁਹਾਡੇ ਸਾਹਮਣੇ ਹੀ ਹੈ ਫੈਸਲਾ, ਕਿਵੇਂ ਚੱਲ ਜਾਂਦਾ ਸਾਰਾ? ਸੋ ਪਿੰਡਾਂ ਦੇ ਲਾਸਟ 'ਤੇ ਇੱਕੋ ਕੁਐਸਚਨ, ਪਿੰਡ ਸਾਰੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਆ, ਜਿੱਦਾਂ ਤੁਸੀਂ ਕਿਹਾ ਕਿ ਨਸ਼ਾ ਮੁਕਤ ਜਿਹੜੀ ਤੁਹਾਡੀ ਕੰਪੇਨਿੰਗ ਆ ਬਹੁਤ ਵਧੀਆ ਗੱਲ ਆ, ਅਤੇ ਬਾਕੀ ਪਿੰਡਾਂ ਨੂੰ ਵੀ ਤੁਸੀਂ ਕੋਈ ਮੈਸੇਜ ਦੇ ਸਕਦੇ ਹੋ ਜਿੱਥੇ ਬਹੁਤ ਜ਼ਿਆਦਾ ਜਿਹੜਾ ਨਸ਼ਿਆਂ 'ਤੇ ਵੀ ਆ ਲੜਾਈ ਝਗੜੇ ਜਿਹੜੇ ਸਭ ਤੋਂ ਪਹਿਲਾਂ ਰੱਖੇ ਜਾਂਦੇ ਨੇ, ਕਿ ਲੜਾਈ ਝਗੜੇ ਦੋ ਧੜਿਆਂ ਨੂੰ ਲੈ ਕੇ ਬਹੁਤ ਹੁੰਦੇ ਨੇ, ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਮੈਸੇਜ ਤੋਂ ਜੀ ਸਪੀਚ ਸੁਣੀ ਹੋਈ ਹੈ ਜੀ ਮੇਰੀ, ਬਸ ਆਪਣਾ ਇੱਕੋ ਹੀ ਨਾਰਾ, ਭਾਈਬੰਦੀ, ਸਾਰਾ ਆਪਣਾ ਭਾਈਚਾਰਾ ਕਾਇਮ ਰੱਖੋ, ਪਾਰਟੀਆਂ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਅਤੇ ਆਪਣਾ ਭਾਈਚਾਰਾ ਹੀ ਟੁੱਟਣਾ ਚਾਹੀਦਾ ਜੀ, ਅਤੇ ਨਸ਼ਾ ਰਹਿਤ ਹੋ ਕੇ ਲੜੋਈ ਸਾਰੇ ਜਿੰਨੇ ਵੀ ਚੋਣਾਂ ਲੜੋ। ਬਹੁਤ ਬਹੁਤ ਥੈਂਕ ਯੂ ਭਾਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਥੈਂਕ ਯੂ। ਸਾਡੇ ਨਾਲ ਨੇ ਸਿੱਧੂ ਮੂਸੇ ਵਾਲੇ, ਉਹਨਾਂ ਦੇ ਮਾਤਾ ਜੀ ਸਾਡੇ ਨਾਲ ਨੇ, ਜਿਹੜੇ ਮੂਸਾ ਪਿੰਡ ਤੋਂ ਚੋਣ ਜਿਹੜੇ ਲੜ ਰਹੇ ਨੇ ਸਰਪੰਚੀ ਦੀ ਮਾਨਸਾ ਜ਼ਿਲ੍ਹਾ ਤੋਂ। ਮਾਤਾ ਜੀ, ਜੇ ਮੈਂ ਗੱਲ ਕਰਾਂ ਕਿ ਤੁਹਾਡੇ ਬੇਟੇ ਨੇ, ਜਦਕਿ ਤੁਹਾਡੇ ਕੋਲ ਸਾਰਾ ਕੁਛ ਬਣਿਆ ਬਣਾਇਆ, ਚੰਗਾ ਨਾਮ ਆ ਤੁਹਾਡੇ ਬੇਟੇ ਦਾ, ਅਤੇ ਕਿੱਦਾਂ ਆਸਾਨੀ ਨਾਲ ਹੀ ਹਾਂ ਕਰ ਦਿੱਤੀ ਸੀਗੀ ਕਿ ਹਾਂ ਮਾਤਾ ਜੀ ਤੁਸੀਂ ਸਰਪੰਚੀ ਲੜੋ ਮੈਂ ਨਾਲ ਹਾਂ, ਜਾਂ ਪਹਿਲਾਂ ਰੁਕਿਆ ਰੁਕਿਆ ਕਿ ਨਹੀਂ ਸਰਪੰਚੀ 'ਚ ਕੀ ਰੱਖਿਆ ਸਾਰਾ ਕੁਛ ਹੈ? ਨਹੀਂ, ਉਹਨਾਂ ਨੇ ਤਾਂ ਨਹੀਂ ਰੋਕਿਆ, ਉਹ ਕਹਿੰਦੇ ਵੀ ਚਲੋ ਜੇ ਸਾਨੂੰ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਪਿੰਡ ਦਾ ਤਾਂ ਸਾਨੂੰ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਜੀ ਜੀ। ਅਤੇ ਮਤਲਬ ਕੀ ਆਸਾਂ ਨੇ ਤੁਹਾਨੂੰ 30 ਤਰੀਕ ਨੂੰ, ਬਸ ਇੱਕ ਦਿਨ ਹੀ ਕੱਲ੍ਹ ਦਾ ਵਿੱਚ ਆ, ਅਤੇ 30 ਤਰੀਕ ਨੂੰ ਰਿਜ਼ਲਟ ਜਿਹੜੇ ਕਿੱਦਾਂ ਦੇ ਆ ਰਹੇ ਨੇ, ਕੀ ਮਹਿਸੂਸ ਕਰ ਰਹੇ ਹੋ ਤੁਸੀਂ? ਰਿਸਪੋਂਸ ਅਨੁਸਾਰ ਤਾਂ ਸਾਨੂੰ ਲੱਗਦਾ ਹੈ ਵੀ ਸਾਡੇ ਫੇਵਰ 'ਚ ਹੀ ਹੋਊਗੀ। ਕੰਪੇਨਿੰਗ ਜਿਸ ਤਰੀਕੇ ਨਾਲ ਚੱਲ ਰਹੀ ਹੈ, ਅੱਜ ਇਕੱਠ ਬਹੁਤ ਜ਼ਿਆਦਾ ਸੀਗਾ, ਸੋ 30 ਤਰੀਕ ਨੂੰ ਜਿਹੜੇ ਰਿਜ਼ਲਟ ਆਉਣਗੇ ਉਹ ਤੋਂ ਪਤਾ ਲੱਗ ਜੂਗਾ ਕਿ ਕਿੰਨਾ ਨੇ, ਹੈ ਨਾ, ਕਿੰਨਾ ਕੁ ਸਾਥ ਦਿੱਤਾ ਜਿਹੜਾ। ਅਤੇ ਵਿਰੋਧੀ ਧਿਰ ਜਿੱਦਾਂ ਦੇਖਿਆ ਜਾਵੇ ਕਿ ਇਕੱਠ ਬਹੁਤ ਆ, ਤੁਸੀਂ ਪਹਿਲਾਂ ਸੰਮਤੀ ਦੀ ਕੋਈ ਉਹ ਨਹੀਂ ਕੀਤੀ ਕਿ ਸੰਮਤੀ ਕੀਤੀ ਜਾਵੇ, ਸੰਮਤੀ ਹੋਵੇ ਪਿੰਡ ਦੇ ਵਿੱਚ? ਨਹੀਂ ਸੀਗੀ, ਪਹਿਲਾਂ ਤਾਂ ਇੱਦਾਂ ਹੀ ਸੀਗਾ ਵੀ ਸਰਵ ਸੰਮਤੀ ਨਾਲ ਹੀ ਚੁਣਿਆ ਜਾਊਗਾ। ਹਾਂਜੀ ਹਾਂਜੀ। ਅਤੇ ਫਿਰ ਕੁਛ ਉਹਨਾਂ ਨੂੰ ਲੱਗਿਆ ਵੀ ਨਹੀਂ ਹੋਣੀ ਚਾਹੀਦੀ। ਤੇ ਕਿੰਨੇ ਦਿਨ ਤੋਂ ਸਿੱਧੂ ਪਿੰਡ 'ਚ ਆਏ ਹੋਏ ਨੇ, ਸਾਥ ਜਿਹੜਾ ਦੇ ਰਹੇ ਨੇ ਪਿੰਡ ਦੇ ਵਿੱਚ, ਵੀ ਇੱਥੇ ਰਹੇ ਨੇ ਕਾਫੀ ਟਾਈਮ ਤੋਂ ਜਿਹੜੀ ਕੰਪੇਨਿੰਗ ਚੱਲ ਰਹੀ ਆ, ਕਿ ਵਿੱਚ ਵਿੱਚ ਜਾਂਦੇ ਵੀ ਸੀਗੇ, ਕਿਤੇ ਸ਼ੋਅ ਸ਼ੋਅ ਆ ਗਿਆ? ਜਦੋਂ ਸ਼ੋਅ ਆਉਂਦੇ ਉਦੋਂ ਜਾ ਵੜਦੇ, ਅਤੇ ਨਹੀਂ ਵਾਪਸ ਫੇਰ ਆ ਜਾਂਦੇ। ਠੀਕ ਹੈ ਜੀ। ਸ਼ੋਅ ਵੀ ਚੱਲੀ ਜਾਂਦੇ ਆ, ਸ਼ੋਅ ਵੀ ਚੱਲੀ ਜਾਂਦੇ ਨੇ। ਅਤੇ ਇੱਥੇ ਵੀ ਇੰਟਰਟੇਨ ਕੀਤਾ ਲੋਕਾਂ ਨੂੰ ਜਿਹੜੇ ਪਿੰਡ ਦੇ ਨੇ, ਕੋਈ ਗਾਣਾ ਗੁਣਾ ਗਾ ਕੇ ਸੁਣਾਇਆ ਜਾਂ ਉਹਨਾਂ ਨੇ ਨਹੀਂ, ਜਾਂ ਸਿਰਫ ਓਨਲੀ ਗੱਲਾਂ ਕੀਤੀਆਂ ਨੇ ਸਰਪੰਚ ਦੀਆਂ ਕਿ ਵੋਟ ਪਾਉਣੀ ਆ, ਜਾਂ ਕੁਛ ਜੇ ਬੱਚਾ ਪਿੰਡ ਦੇ ਵਿੱਚ ਹੁੰਦੇ ਨੇ ਵੀ ਬਹੁਤ ਸਾਰੇ, ਵੈਸੇ ਵੀ ਇੱਕ ਹਾਸੇ ਮਾਹੌਲ ਵਾਲੇ ਵੀ ਹੁੰਦੇ ਨੇ ਕਿ ਸਿੱਧੂ ਯਾਰ ਇੱਕ ਗਾਣਾ ਵੀ ਹੋ ਜੇ, ਅਤੇ ਇੱਦਾਂ ਦਾ ਵੀ ਹੋਇਆ ਵੀ ਗਾਣਾ ਗੁਣਾ ਸੁਣਾਇਆ ਉਹਨਾਂ ਨੇ ਕਿ ਨਹੀਂ? ਕਹਿੰਦੇ ਪਿੰਡ 'ਚ ਤਾਂ ਮੇਰਾ ਬੋਲਤੀ ਬੰਦ ਹੋ ਜਾਂਦੀ ਹੈ, ਪਿੰਡ 'ਚ ਨਹੀਂ ਮੈਂ ਗਾਣਾ ਗਾ ਸਕਦਾ ਆਪਦੇ ਬਜ਼ੁਰਗਾਂ ਦੇ ਮੂਹਰੇ, ਉਹਦੇ ਬੱਚਿਆਂ ਦੇ ਮੂਹਰੇ। ਓਕੇ, ਵੈਸੇ ਗੱਲਾਂ ਹੀ ਕੀਤੀਆਂ। ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਦਿੱਤਾ, ਗੱਲ ਕੀਤੀ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਪੰਜਾਬ ਟੂਡੇ ਦੀ ਟੀਮ ਜਿਹੜੀ ਅੱਜ ਮੂਸਾ ਪਿੰਡ ਦੇ ਵਿੱਚ ਪਹੁੰਚੀ ਹੋਈ ਆ, ਦੋਨਾਂ ਧਿਰਾਂ ਦੇ ਨਾਲ ਜਿਹੜੀ ਸਰਪੰਚੀ ਦੀ ਚੋਣ ਨੂੰ ਲੈ ਕੇ ਗੱਲ ਕੀਤੀ ਹੈ, ਇੱਕ ਪਾਸੇ ਸਿੱਧੂ ਮੂਸੇ ਵਾਲੇ ਦੇ ਮਾਤਾ ਜੀ ਇਹ ਸਰਪੰਚੀ ਦੀ ਚੋਣ ਲੜ ਰਹੇ ਨੇ, ਅਤੇ ਦੂਸਰੇ ਪਾਸੇ ਸੁਰਜੀਤ ਸਿੰਘ ਖਿੱਲੂ ਦੇ ਧਰਮ ਪਤਨੀ ਮੂਸਾ ਪਿੰਡ ਤੋਂ ਜਿਹੜੀ ਚੋਣ ਲੜ ਰਹੇ ਨੇ।
ਦੋਨਾਂ ਨਾਲ ਗੱਲ ਕਰਨ ਤੋਂ ਪਤਾ ਲੱਗਦਾ ਹੈ ਕਿ ਦੋਨੋਂ ਧਿਰਾਂ ਦਾ ਕਹਿਣਾ ਹੈ ਕਿ ਅਸੀਂ ਜਿਹੜੀ ਆ ਕੰਪੇਨਿੰਗ ਜਿਹੜੀ ਆ ਸਿੱਧੂ ਮੂਸੇਵਾਲੇ ਦੀ ਫੈਮਿਲੀ ਵੱਲੋਂ ਕਹਿਣਾ ਕਿ ਕੰਪੇਨਿੰਗ ਜਿਹੜੀ ਨਸ਼ਾ ਮੁਕਤ ਸਰਪੰਚੀ ਦੀ ਕੰਪੇਨਿੰਗ ਕੀਤੀ ਜਾ ਰਹੀ ਆ, ਅਤੇ ਸੁਰਜੀਤ ਸਿੰਘ ਖਿੱਲੂ ਦਾ ਕਹਿਣਾ ਕਿ ਉਹਨਾਂ ਵੱਲੋਂ ਦਾਰੂ ਵੀ ਜਿਹੜੀ ਆ ਬ੍ਰੈਂਡਡ ਜਿਹੜੀ ਦਾਰੂ ਚਲਾਈ ਜਾ ਰਹੀ ਆ, ਲੋਕਾਂ ਨੂੰ ਜਿਹੜਾ ਗੁੰਮਰਾਹ ਵੀ ਕੀਤਾ ਜਾ ਰਿਹਾ, ਜਿਹੜੇ ਸੁਰਜੀਤ ਸਿੰਘ ਖਿੱਲੂ ਦੇ ਸਪੋਰਟਰ ਨੇ ਵੋਟਰ ਨੇ ਉਹਨਾਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਜਾਂ ਪੈਸੇ ਨੂੰ ਲੈ ਕੇ ਕੁਛ ਇੱਦਾਂ ਦੀ ਕੀਤੀ ਜਾ ਰਹੀ ਆ। ਸੋ 30 ਤਰੀਕ ਨੂੰ ਜਿਹੜਾ ਫੈਸਲਾ ਹੋਵੇਗਾ ਇਸ ਪਿੰਡ ਦੀ ਜਿਹੜੀ ਇੱਕ ਵੱਡੀ ਚੋਣ ਹੋਣ ਜਾ ਰਹੀ ਹੈ ਸਰਪੰਚੀ ਨੂੰ ਲੈ ਕੇ, ਇੱਕ ਬਹੁਤ ਵੱਡਾ ਜਿਹੜਾ ਟੱਕਰਾ ਇੱਕ ਦੂਸਰੇ ਦੋਨਾਂ ਤਰਫਾਂ ਤੋਂ ਦਿੱਤਾ ਜਾ ਰਿਹਾ, ਕਿਉਂਕਿ ਇਕੱਠ ਦੋਨਾਂ ਵੱਲ ਹੀ ਆ ਵੋਟਾਂ ਜਿਹੜੀਆਂ 50-50% ਜਿਹੜੇ ਚਾਂਸ ਨੇ ਥੋੜ੍ਹੇ ਹੀ ਜਿਹੜਾ ਅੰਤਰ ਦੇ ਵਿੱਚ ਜਿਹੜੀ ਇਲੈਕਸ਼ਨ ਇਹ ਜਿੱਤੀ ਜਾਊਗੀ। ਸੋ ਹਰ ਖਬਰ ਦੇ ਲਈ ਜੁੜੇ ਰਹੋ ਤੁਸੀਂ ਪੰਜਾਬ ਟੂਡੇ ਨਾਲ। ਜੇ ਤੁਹਾਨੂੰ ਸਾਡਾ ਚੈਨਲ ਚੰਗਾ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰੋ।